ਮੈਂ ਦੱਸ ਰਿਹਾ ਕਿ ਹੁਣੇ ਹੁਣੇ ਮੈਨੂੰ ਵੀਡੀਓ ਮਿਲਿਆ ਜਿਸ ਵਿੱਚ ਜੀਰਾ ਸਾਹਿਬ ਦੇ ਸੱਟਾਂ ਲੱਗੀਆਂ ਸਾਡੇ ਸਾਬਕਾ MLA ਦੇ, ਸਾਡੇ ਛੋਟੇ ਭਰਾ ਦੇ, ਔਰ ਇਹ ਸਾਰਾ ਕੁਝ ਪੁਲਿਸ ਦੀ ਦੇਖ ਰੇਖ ਦੇ ਥੱਲੇ ਹੋ ਰਿਹਾ ਹੈ। ਪੰਜਾਬ ਦੇ DGP ਸਾਹਿਬ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ADGP ਤੇ SSP ਮੈਡਮ ਦੀ ਦੇਖ ਰੇਖ ਦੇ ਥੱਲੇ ਹੋ ਰਿਹਾ। ਇੱਕ DSP ਆ ਉੱਥੇ ਜਿਹੜਾ ਟਰਾਲੀਆਂ ਰੋੜੇ ਦੀਆਂ ਭਰਾ ਕੇ ਲੈ ਕੇ ਆਇਆ, ਔਰ ਦੂਜਿਆਂ ਦੇ ਨਾਲ ਉੱਥੋਂ ਦੇ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ। ਸਾਡੇ ਬੰਦਿਆਂ 'ਤੇ ਉਹਨੇ ਗੋਲੀਆਂ ਚਲਾਈਆਂ ਅਤੇ ਰੋੜੇ ਚਲਵਾਏ। ਔਰ ਮੈਂ ਪਹਿਲਾਂ ਤਾਂ DSP ਨੂੰ ਦੱਸ ਦੇਣਾ ਚਾਹੁੰਦਾ, ਲੈ ਮਿੱਤਰਾ ਅੱਜ ਗੱਲ ਯਾਦ ਰੱਖੀ, ਤੇਰੇ ਜੇ DSP ਨੂੰ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਲ੍ਹ 'ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲਦੀ। ਇਹ ਨਹੀਂ ਗਾ ਕਿ ਮੈਂ ਉੱਥੇ ਜਾ ਕੇ ਲੱਗ ਜੂੰਗਾ ਉਸ ਚਹੇਤੇ ਲੀਡਰ ਤੋਂ। ਇੱਕ ਗੱਲ ਨੂੰ ਯਾਦ ਰੱਖੀ, ਤੇਰੇ ਹੁਣ ਜ਼ੋਰ ਲਾ ਲਾ, ਜੋ ਇਹ ਜੀਰੇ ਨੂੰ ਤੂੰ ਕੁਛ ਹੋਰ ਕਰ ਸਕਦਾ ਤਾਂ ਉਹ ਵੀ ਕਰ ਲਾ, ਤੇਰਾ ਜਿੰਨਾ ਜ਼ੋਰ ਹੈਗਾ। ਹੁਣ ਕੋਈ ਕਸਰ ਨਾ ਛੱਡੀ, ਇਹਨਾਂ ਨੂੰ ਜ਼ਰੂਰ ਖੁਸ਼ ਕਰ ਲਾ, ਪਰ ਅਸੀਂ ਸਮਾਂ ਆਉਣ 'ਤੇ ਤੈਨੂੰ ਬਖਸ਼ਣਾ ਨਹੀਂ ਗਾ। ਔਰ ਦੂਜੀ ਗੱਲ, IPS ਆਫਿਸਰ ਮੈਡਮ ਤੋਂ ਸਾਨੂੰ ਬਿਲਕੁਲ ਇਹ ਉਮੀਦ ਨਹੀਂ ਸੀ। ਪਹਿਲਾਂ ਵੀ 2 ਵਾਰੀ ਧੱਕਾ ਹੋਇਆ, ਔਰ ਮੂਪ ਦਰਸ਼ਕ ਬਣ ਕੇ IPS ਆਫਿਸਰ ਕੇਵਲ ਆਪਦੀ SSP ਸ਼ਿਪ ਕਰਨ ਵਾਸਤੇ ਇਹ ਮੂਪ ਦਰਸ਼ਕ ਬਣ ਕੇ ਵੇਖ ਰਹੇ ਆ ਸਭ ਕੁਛ, ਪਰ ਸਮਾਂ ਆਉਣ 'ਤੇ ਤੁਹਾਡੇ ਕੈਰੀਅਰ ਦੇ ਨਾਲ ਵੀ ਨਜਿੱਠਿਆ ਜਾਏਗਾ। ਔਰ ਹੁਣ ਜੀਰਾ ਸਾਹਿਬ ਤੁਹਾਡੇ ਹਵਾਲੇ ਹੈ, ਇਹਨੂੰ ਜੋ ਕਰਨਾ ਤੁਹਾਡੇ ਤੋਂ ਜੋ ਹੁੰਦਾ ਜਿਹੜਾ ਪਰਚਾ ਕਰ ਸਕਦੇ ਹੋ, ਇਹ ਹੁਣ ਤੁਸੀਂ ਕਸਰ ਨਾ ਛੱਡਿਓ ਬੀਬੀ ਜੀ। ਔਰ ਨਾਲ ਮੈਂ ਪੰਜਾਬ ਦੇ DGP ਸਾਹਿਬ ਨੂੰ ਇਹ ਕਹਿਣਾ ਚਾਹੁੰਦਾ, DGP ਸਾਹਿਬ ਤੁਹਾਡੇ ਤੋਂ ਗੈਂਗਸਟਰ ਦਾ ਤਾਂ ਕੁਝ ਹੁੰਦਾ ਨਹੀਂ ਹੈ, ਔਰ ਜਿਸ ਪ੍ਰਕਾਰ ਤੁਸੀਂ ਗੁੰਡਾਗਰਦੀ ਹੁਣ ਸਾਡੇ MLA ਨੂੰ ਹੀ ਕਟਾਉਣ ਲੱਗ ਪਏ ਹੋ, ਇਹ ਬਰਦਾਸ਼ਤ ਤੋਂ ਬਾਹਰ ਹੋ ਜਾਣਾ। ਇਹ ਬਿਲਕੁਲ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਕਿ ਇਸ ਪ੍ਰਕਾਰ ਚੁਣੇ ਹੋਏ ਸਾਡੇ MLA ਬੰਦੇ ਜਿਹੜੇ ਉੱਥੋਂ ਦੇ ਲੀਡਰ ਹੈ ਉਹਨਾਂ ਦੀ ਜਿਹੜੀ ਤੁਹੀਨ ਕਰਾਈ ਜਾ ਰਹੀ ਹੈ ਪੁਲਿਸ ਤੋਂ, ਕੇਵਲ ਆਮ ਆਦਮੀ ਪਾਰਟੀ ਨੂੰ ਖੁਸ਼ ਕਰਨ ਦੇ ਮਾਰਿਆਂ, ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਮਾਂ ਤੁਹਾਡਾ ਹੈ, ਹੁਣ ਦੱਬ ਕੇ ਜ਼ੋਰ ਲਾ ਲਓ, ਭੁੱਲ ਨਾ ਜਾਇਓ। ਫਿਰ ਇਹ ਨਾ ਕਿਹੋ ਜੋ ਵੀ ਸਾਡੇ ਤੋਂ ਅਸੀਂ ਆਹ ਕੰਮ ਨਹੀਂ ਕਰ ਪਾਏ। ਹੁਣ ਆਮ ਆਦਮੀ ਪਾਰਟੀ ਦੇ ਆਪਦੇ ਆਕਾਵਾਂ ਨੂੰ ਖੁਸ਼ ਕਰ ਲਓ, ਅਤੇ ਲੈ DSP ਸਾਹਿਬ ਤੂੰ ਮੇਰਾ ਵੀਰ ਤਿਆਰੀ ਰੱਖੀ ਜ਼ਿੰਦਗੀ 'ਚ, ਔਰ ਯਾਦ ਰੱਖੀ ਜੋ ਅੱਜ ਹੋਇਆ ਇਹ ਤੇਰੇ ਨਾਲ ਇੱਦਾਂ ਹੀ ਕਰਨਾ ਅਸੀਂ। ਸੋ ਮੇਰੀ ਬੇਨਤੀ ਹੈ ਸਾਰੇ ਜੀਰੇ ਸਾਹਿਬ ਦੇ ਵਰਕਰਾਂ ਨੂੰ, ਹੌਸਲੇ 'ਚ ਰਹੋ, ਆਪਾਂ ਆਉਣੇ ਹੈ ਅਤੇ ਬੈਠ ਕੇ ਵਿਉਂਤ ਬਣਾ ਕੇ ਅਤੇ ਫਿਰ ਇਸ ਪੁਲਿਸ ਦੀ ਔਰ ਆਮ ਆਦਮੀ ਪਾਰਟੀ ਦੀ ਇੱਟ ਨਾਲ ਇੱਟ ਖੜਕਾਉਣੇ ਹੈ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ, ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ। ਸਾਰੀ ਕਾਂਗਰਸ ਪਾਰਟੀ ਡਟ ਕੇ ਕੁਲਵੀਰ ਸਿੰਘ ਜੀਰਾ ਦੇ ਨਾਲ ਅਤੇ ਉਹਨਾਂ ਦੇ ਸਾਥੀਆਂ ਦੇ ਨਾਲ ਖੜੀ ਹੈ, ਇਸੇ ਤਰ੍ਹਾਂ ਹੀ ਚਟਾਂਗ ਵਾਂਗ ਖੜੀ ਰਹੇਗੀ। ਸੋ ਚਿੰਤਾ ਨਾ ਕਰੋ, ਚੜ੍ਹਦੀ ਕਲਾ 'ਚ ਰਹੋ। ਬਾਬਾ ਦੀਪ ਸਿੰਘ ਦੇ ਵਾਂਗੂ ਆਪਾਂ ਅਸੀਂ ਗੁਰੂ ਮਹਾਰਾਜ ਦੀ ਉਹ ਲਾਡਲੀ ਫੌਜ ਹਾਂ, ਸਾਨੂੰ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਚੜ੍ਹਦੀ ਕਲਾ 'ਚ ਰਹਿਣਾ, ਅਤੇ ਕੋਈ ਗੱਲ ਨਹੀਂ, ਇਹੋ ਜਿਹਾ ਕੰਮ ਹੁੰਦਾ ਰਹਿੰਦਾ। ਸਾਡਾ ਜਿਹੜਾ ਛੋਟਾ ਭਰਾ ਹੈ ਜਰਨੈਲ ਹੈ, ਉਹ ਚੜ੍ਹਦੀ ਕਲਾ 'ਚ ਹੈ। ਸੋ ਜਿਉਂਦੇ ਰਹੋ, ਮਿਲਦੇ ਹਾਂ ਤੁਹਾਨੂੰ ਅੱਜ ਜਾਂ ਸਵੇਰ ਤੱਕ। ਸਤਿ ਸ਼੍ਰੀ ਅਕਾਲ ਸਾਥੀਓ, ਮੈਂ ਹੁਣ ਇਸ ਵਕਤ ਜਲਾਨਾ ਜਾ ਰਿਹਾ, ਪਹੁੰਚਣ ਵਾਲਾ ਜਿੱਥੇ ਉਹ ਆਪਣੀ
ਪਹਿਲਵਾਨ ਲੜਕੀ ਫੋਕਾਟ ਲੜ ਰਹੀ ਹੈ। ਮੈਂ ਦੱਸ ਰਿਹਾ ਕਿ ਹੁਣੇ ਹੁਣੇ ਮੈਨੂੰ ਵੀਡੀਓ ਮਿਲਿਆ ਜਿਸ ਵਿੱਚ ਜੀਰਾ ਸਾਹਿਬ ਦੇ ਸੱਟਾਂ ਲੱਗੀਆਂ ਸਾਡੇ ਸਾਬਕਾ MLA ਦੇ, ਸਾਡੇ ਛੋਟੇ ਭਰਾ ਦੇ, ਔਰ ਇਹ ਸਾਰਾ ਕੁਝ ਪੁਲਿਸ ਦੀ ਦੇਖ ਰੇਖ ਦੇ ਥੱਲੇ ਹੋ ਰਿਹਾ ਹੈ। ਪੰਜਾਬ ਦੇ DGP ਸਾਹਿਬ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੇ ADGP ਤੇ SSP ਮੈਡਮ ਦੀ ਦੇਖ ਰੇਖ ਦੇ ਥੱਲੇ ਹੋ ਰਿਹਾ। ਇੱਕ DSP ਆ ਉੱਥੇ ਜਿਹੜਾ ਟਰਾਲੀਆਂ ਰੋੜੇ ਦੀਆਂ ਭਰਾ ਕੇ ਲੈ ਕੇ ਆਇਆ, ਔਰ ਦੂਜਿਆਂ ਦੇ ਨਾਲ ਉੱਥੋਂ ਦੀ ਆਮ ਆਦਮੀ ਪਾਰਟੀ ਦੇ ਲੋਕਾਂ ਦੇ ਨਾਲ ਆਇਆ। ਸਾਡੇ ਬੰਦਿਆਂ ਤੇ ਉਹਨੇ ਗੋਲੀਆਂ ਚਲਾਈਆਂ ਤੇ ਰੋੜੇ ਚਲਵਾਏ। ਔਰ ਮੈਂ ਪਹਿਲਾਂ ਤਾਂ DSP ਨੂੰ ਦੱਸ ਦੇਣਾ ਚਾਹੁੰਦਾ, ਲੈ ਮਿੱਤਰਾ ਅੱਜ ਗੱਲ ਯਾਦ ਰੱਖੀ, ਤੇਰੇ ਜੇ DSP ਨੂੰ ਤੈਨੂੰ ਉਤਾਰ ਕੇ ਡਿਸਮਿਸ ਕਰਕੇ ਤੈਨੂੰ ਜੇਲ੍ਹ 'ਚ ਨਾ ਬੰਦ ਕੀਤਾ ਤਾਂ ਤੂੰ ਰਾਜਾ ਵੜਿੰਗ ਦਾ ਨਾਂ ਬਦਲਦੀ। ਇਹ ਨਹੀਂ ਗਾ ਕਿ ਮੈਂ ਉੱਥੇ ਜਾ ਕੇ ਲੱਗ ਜੂੰਗਾ ਉਸ ਚਹੇਤੇ ਲੀਡਰ ਤੋਂ। ਇੱਕ ਗੱਲ ਨੂੰ ਯਾਦ ਰੱਖੀ, ਤੇਰੇ ਹੁਣ ਜ਼ੋਰ ਲਾ ਲਾ, ਜੋ ਇਹ ਜੀਰੇ ਨੂੰ ਤੂੰ ਕੁਛ ਹੋਰ ਕਰ ਸਕਦਾ ਤਾਂ ਉਹ ਵੀ ਕਰ ਲਾ, ਤੇਰਾ ਜਿੰਨਾ ਜ਼ੋਰ ਹੈਗਾ। ਹੁਣ ਕੋਈ ਕਸਰ ਨਾ ਛੱਡੀ, ਇਹਨਾਂ ਨੂੰ ਜ਼ਰੂਰ ਖੁਸ਼ ਕਰ ਲਾ, ਪਰ ਅਸੀਂ ਸਮਾਂ ਆਉਣ 'ਤੇ ਤੈਨੂੰ ਬਖਸ਼ਣਾ ਨਹੀਂ ਗਾ। ਔਰ ਦੂਜੀ ਗੱਲ, IPS ਆਫਿਸਰ ਮੈਡਮ ਤੋਂ ਸਾਨੂੰ ਬਿਲਕੁਲ ਇਹ ਉਮੀਦ ਨਹੀਂ ਸੀ। ਪਹਿਲਾਂ ਵੀ 2 ਵਾਰੀ ਧੱਕਾ ਹੋਇਆ, ਔਰ ਮੂਪ ਦਰਸ਼ਕ ਬਣ ਕੇ IPS ਆਫਿਸਰ ਕੇਵਲ ਆਪਦੀ SSP ਸ਼ਿਪ ਕਰਨ ਵਾਸਤੇ ਇਹ ਮੂਪ ਦਰਸ਼ਕ ਬਣ ਕੇ ਵੇਖ ਰਹੇ ਆ ਸਭ ਕੁਛ, ਪਰ ਸਮਾਂ ਆਉਣ 'ਤੇ ਤੁਹਾਡੇ ਕੈਰੀਅਰ ਦੇ ਨਾਲ ਵੀ ਨਜਿੱਠਿਆ ਜਾਏਗਾ। ਔਰ ਹੁਣ ਜੀਰਾ ਸਾਹਿਬ ਤੁਹਾਡੇ ਹਵਾਲੇ ਹੈ, ਇਹਨੂੰ ਜੋ ਕਰਨਾ ਤੁਹਾਡੇ ਤੋਂ ਜੋ ਹੁੰਦਾ ਜਿਹੜਾ ਪਰਚਾ ਕਰ ਸਕਦੇ ਹੋ, ਇਹ ਹੁਣ ਤੁਸੀਂ ਕਸਰ ਨਾ ਛੱਡਿਓ ਬੀਬੀ ਜੀ। ਔਰ ਨਾਲ ਮੈਂ ਪੰਜਾਬ ਦੇ DGP ਸਾਹਿਬ ਨੂੰ ਇਹ ਕਹਿਣਾ ਚਾਹੁੰਦਾ, DGP ਸਾਹਿਬ ਤੁਹਾਡੇ ਤੋਂ ਗੈਂਗਸਟਰ ਦਾ ਤਾਂ ਕੁਝ ਹੁੰਦਾ ਨਹੀਂ ਹੈ, ਔਰ ਜਿਸ ਪ੍ਰਕਾਰ ਤੁਸੀਂ ਗੁੰਡਾਗਰਦੀ ਹੁਣ ਸਾਡੇ MLA ਨੂੰ ਹੀ ਕਟਾਉਣ ਲੱਗ ਪਏ ਹੋ, ਇਹ ਬਰਦਾਸ਼ਤ ਤੋਂ ਬਾਹਰ ਹੋ ਜਾਣਾ। ਇਹ ਬਿਲਕੁਲ ਕਿਸੇ ਨੇ ਬਰਦਾਸ਼ਤ ਨਹੀਂ ਕਰਨਾ ਕਿ ਇਸ ਪ੍ਰਕਾਰ ਚੁਣੇ ਹੋਏ ਸਾਡੇ MLA ਬੰਦੇ ਜਿਹੜੇ ਉੱਥੋਂ ਦੇ ਲੀਡਰ ਹੈ ਉਹਨਾਂ ਦੀ ਜਿਹੜੀ ਤੁਹੀਨ ਕਰਾਈ ਜਾ ਰਹੀ ਹੈ ਪੁਲਿਸ ਤੋਂ ਕੇਵਲ ਆਮ ਆਦਮੀ ਪਾਰਟੀ ਨੂੰ ਖੁਸ਼ ਕਰਨ ਦੇ ਮਾਰਿਆਂ, ਇਹ ਬਿਲਕੁਲ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਕਿ ਸਮਾਂ ਤੁਹਾਡਾ ਹੈ, ਹੁਣ ਦੱਬ ਕੇ ਜ਼ੋਰ ਲਾ ਲਓ, ਭੁੱਲ ਨਾ ਜਾਇਓ, ਫਿਰ ਇਹ ਨਾ ਕਿਹੋ ਜੋ ਵੀ ਸਾਡੇ ਤੋਂ ਅਸੀਂ ਆਹ ਕੰਮ ਨਹੀਂ ਕਰ ਪਾਏ। ਹੁਣ ਆਮ ਆਦਮੀ ਪਾਰਟੀ ਦੇ ਆਪਦੇ ਆਕਾਵਾਂ ਨੂੰ ਖੁਸ਼ ਕਰ ਲਓ ਤੇ ਲੈ DSP ਸਾਹਿਬ ਤੂੰ ਮੇਰਾ ਵੀਰ ਤਿਆਰੀ ਰੱਖੀ ਜ਼ਿੰਦਗੀ 'ਚ, ਔਰ ਯਾਦ ਰੱਖੀ ਜੋ ਅੱਜ ਹੋਇਆ ਇਹ ਤੇਰੇ ਨਾਲ ਇੱਦਾਂ ਹੀ ਕਰਨਾ ਅਸੀਂ। ਸੋ ਮੇਰੀ ਬੇਨਤੀ ਹੈ ਸਾਰੇ ਜੀਰੇ ਸਾਹਿਬ ਦੇ ਵਰਕਰਾਂ ਨੂੰ, ਹੌਸਲੇ 'ਚ ਰਹੋ, ਆਪਾਂ ਆਉਣੇ ਹੈ ਤੇ ਬੈਠ ਕੇ ਵਿਉਂਤ ਬਣਾ ਕੇ ਤੇ ਫਿਰ ਇਸ ਪੁਲਿਸ ਦੀ ਔਰ ਆਮ ਆਦਮੀ ਪਾਰਟੀ ਦੀ ਇੱਟ ਨਾਲ ਇੱਟ ਖੜਕਾਉਣੇ ਹੈ। ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ, ਕਿਸੇ ਨੂੰ ਚਿੰਤਾ ਕਰਨ ਦੀ ਲੋੜ ਨਹੀਂ, ਸਾਰੀ ਕਾਂਗਰਸ ਪਾਰਟੀ ਡਟ ਕੇ ਕੁਲਵੀਰ ਸਿੰਘ ਜੀਰਾ ਦੇ ਨਾਲ ਤੇ ਉਹਨਾਂ ਦੇ ਸਾਥੀਆਂ ਦੇ ਨਾਲ ਖੜੀ ਹੈ, ਇਸੇ ਤਰ੍ਹਾਂ ਹੀ ਚਟਾਂਗ ਵਾਂਗ ਖੜੀ ਰਹੇਗੀ। ਸੋ ਚਿੰਤਾ ਨਾ ਕਰੋ, ਚੜ੍ਹਦੀ ਕਲਾ 'ਚ ਰਹੋ, ਬਾਬਾ ਦੀਪ ਸਿੰਘ ਦੇ ਵਾਂਗੂ ਆਪਾਂ ਅਸੀਂ ਗੁਰੂ ਮਹਾਰਾਜ ਦੀ ਉਹ ਲਾਡਲੀ ਫੌਜ ਹਾਂ, ਸਾਨੂੰ ਸੱਚੇ ਪਾਤਸ਼ਾਹ ਨੇ ਦੱਸਿਆ ਕਿ ਚੜ੍ਹਦੀ ਕਲਾ 'ਚ ਰਹਿਣਾ ਤੇ ਕੋਈ ਗੱਲ ਨਹੀਂ, ਇਹੋ ਜਿਹਾ ਕੰਮ ਹੁੰਦਾ ਰਹਿੰਦਾ। ਸਾਡਾ ਜਿਹੜਾ ਛੋਟਾ ਭਰਾ ਹੈ ਜਰਨੈਲ ਹੈ, ਉਹ ਚੜ੍ਹਦੀ ਕਲਾ 'ਚ ਹੈ। ਸੋ ਜਿਉਂਦੇ ਰਹੋ, ਮਿਲਦੇ ਹਾਂ ਤੁਹਾਨੂੰ ਅੱਜ ਜਾਂ ਸਵੇਰ ਤੱਕ।